ਫਰੀਦਕੋਟ ਦੇ ਸ਼ਹਿਰ ਕੋਟਕਪੂਰਾ 'ਚ ਸਹੁਰੇ ਦੇ ਵੱਲੋਂ ਨੂੰਹ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਠੰਡੀ ਰੋਟੀ ਦੇਣ ਤੇ ਸਹੁਰਾ ਗੁੱਸੇ 'ਚ ਆ ਗਿਆ, ਜਿਸ ਤੋਂ ਬਾਅਦ ਉਸ ਦੇ ਵੱਲੋਂ ਫਾਇਰਿੰਗ ਕੀਤੀ ਗਈ ਤਾਂ ਨੀਲਮ ਰਾਣੀ ਜ਼ਖਮੀ ਹੋ ਗਈ, ਜਿਸ ਤੋਂ ਬਾਅਦ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਉਸਦੀ ਮੌਤ ਹੋ ਗਈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸਦੀ ਭੈਣ ਦੇ ਨਾਲ ਉਸਦਾ ਸਹੁਰਾ ਅਕਸਰ ਹੀ ਲੜਾਈ ਕਰਦਾ ਰਹਿੰਦਾ ਸੀ ਤੇ ਛੋਟੀ ਛੋਟੀ ਗੱਲ ਤੇ ਗੁੱਸਾ ਵੀ ਕਰਦਾ ਸੀ, ਜਿਸ ਨੂੰ ਲੈ ਕੇ ਉਹਨਾਂ ਦੀ ਭੈਣ ਪਹਿਲਾਂ ਹੀ ਪਰੇਸ਼ਾਨ ਰਹਿੰਦੀ ਸੀ। ਮ੍ਰਿਤਕ ਨੀਲਮ ਰਾਣੀ ਦੇ ਭਰਾ ਦਾ ਕਹਿਣਾ ਹੈ ਕਿ ਜਲਦ ਹੀ ਉਸਦੇ ਸਹੁਰੇ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ। ਅੱਜ ਪਹਿਲਾਂ ਮੇਰਾ ਸਿਸਟਰ ਇੱਥੇ ਕੋਟਕਪੂਰੇ ਵਿਆਹੀ ਹੈ ਜੀ, ਹਰੀਨੂ ਰੋਡ 'ਤੇ। ਉਹਦਾ ਸਹੁਰਾ ਪਹਿਲਾਂ ਵੀ ਤੰਗ ਪਛਾਣ ਕਰਦਾ ਸੀਗਾ ਸ਼ਾਮਪੁਰੀ, ਅਤੇ ਉਹਨੇ ਅੱਜ ਮੇਰੀ ਭੈਣ ਦੇ ਰਫਲ ਉਹਦੇ ਕੋਲ ਆਪਦੀ ਸੀ, ਉਹਦੇ 'ਚ ਉਹਨਾਂ ਨੇ ਫਾਇਰ ਮਾਰਿਆ ਜੀ, ਮੇਰੀ ਭੈਣ ਦਾ ਕਤਲ ਕਰਤਾ। ਹਾਂਜੀ, ਅਸੀਂ ਇਹ ਚਾਹੁੰਦੇ ਸਾਨੂੰ ਇਨਸਾਫ ਮਿਲੇ, ਉਹਨੂੰ ਉਹਦੀ ਕੀਤੀ ਦਾ ਫਲ ਮਿਲੇ ਜੀ, ਗਾਂਹ ਵਾਸਤੇ ਉਹ ਸੁਧਰੇ ਵੀ ਇਹ ਕੰਮ ਕਰਨਾ। ਅਸੀਂ ਧੀ ਭੈਣ ਨੂੰ 19 ਸਾਲ ਹੋ ਗਏ ਸੇਵਾ ਕਰਦੀ ਨੂੰ, ਪਰਿਵਾਰ ਨੂੰ ਸਾਂਭੀ ਬੈਠੀ ਸੀ ਮੁੰਡਾ ਉਹਦੇ 16-17 ਸਾਲਾਂ ਦਾ, ਵੀ ਸਾਨੂੰ ਇਨਸਾਫ ਮਿਲੇ ਅਤੇ ਜਿਹੜੀ ਕਾਰਵਾਈ ਬਣਦੀ ਹੈ ਉਹਨੂੰ 302 ਦਾ ਪਰਚਾ ਕੱਟ ਕੇ ਅਤੇ ਉਹਨੂੰ ਪ੍ਰਸ਼ਾਸਨ ਨੂੰ ਜੋ ਸਜ਼ਾ ਮਿਲਦੀ ਉਹਨੂੰ ਫਾਂਸੀ ਚੜਾਇਆ ਜਾਵੇ, ਤਾਂ ਕਿ ਗਾਂਹ ਤੋਂ ਇਹੋ ਜਿਹਾ ਘਟਨਾ ਨਾ ਹੋਣ। ਇਸ ਮਾਮਲੇ ਦੀ ਜਾਂਚ ਕਰ ਰਹੇ DSP ਬਲਕਾਰ ਸਿੰਘ ਦਾ ਕਹਿਣਾ ਹੈ ਕਿ ਨੀਲਮ ਰਾਣੀ ਦਾ ਸਹੁਰਾ ਸ਼ਾਮ ਲਾਲ 에ਅਰਫੋਰਸ ਤੋਂ ਰਿਟਾਇਰ ਸੀ, ਜਿਸ ਤੋਂ ਬਾਅਦ ਆਪਣੀ ਲਸੰਸੀ ਰਿਵੋਲਵਰ ਦੇ ਨਾਲ ਹੀ ਨੀਲਮ ਰਾਣੀ ਨੂੰ ਕਤਲ ਕੀਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਸਵੇਰੇ ਨਾਸ਼ਤੇ ਦੇ ਦੌਰਾਨ ਠੰਡਾ ਨਾਸ਼ਤਾ ਮਿਲਣ ਤੇ 9 ਸਹੁਰੇ ਦੇ ਵਿਚਕਾਰ ਤਕਰਾਰ ਹੋਈ ਸੀ, ਜਿਸ ਤੋਂ ਬਾਅਦ ਸਹੁਰੇ ਦੇ ਵੱਲੋਂ ਫਾਇਰਿੰਗ ਕੀਤੀ ਗਈ। ਪੁਲਿਸ ਮੁਤਾਬਕ ਮੁਲਜ਼ਮ ਹਾਲੇ ਫਰਾਰ ਹੈ, ਜਿਸ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਅੱਜ ਸਵੇਰ ਨੀਲਮ ਰਾਣੀ ਪਤਨੀ ਮਨੀਸ਼ ਕੁਮਾਰ ਵਾਸੀ ਹਰੀਨਾ ਰੋਡ ਕੋਟਕਪੂਰਾ ਦੀ, ਉਸਦੇ ਸਹੁਰੇ ਸ਼ਾਮਪੁਰੀ ਨੇ ਡਬਲ ਬੈਰਲ ਗੰਨ ਦੇ ਨਾਲ 2 ਫਾਇਰ ਮਾਰ ਕੇ ਹੱਤਿਆ ਕਰ ਦਿੱਤੀ ਹੈ। ਹੱਤਿਆ ਦੀ ਵਜ੍ਹਾ ਰੰਜਿਸ਼, ਘਰੇਲੂ ਨਿੱਕੀਆਂ ਨਿੱਕੀਆਂ ਗੱਲਾਂ, ਚਾਹ ਠੰਡੀ ਦੇ ਦਿੱਤੀ, ਰੋਟੀ ਗਰਮ ਨਹੀਂ ਦਿੱਤੀ, ਆ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਉਹਨੇ ਕਤਲ ਕਰ ਦਿੱਤਾ। ਸਰ, ਇਸ ਸੰਬੰਧੀ ਕੋਈ ਹੋਰ ਜਾਣਕਾਰੀ ਸਾਹਮਣੇ ਆਈ ਹੈ ਕਿ ਪਹਿਲਾਂ ਵੀ ਕੋਈ ਝਗੜਾ ਰਹਿੰਦਾ ਸੀ? ਹਾਂ, ਇਹਨਾਂ ਦਾ ਪਹਿਲਾਂ ਵੀ ਅਕਸਰ ਨਿੱਕੀਆਂ ਨਿੱਕੀਆਂ ਰੋਟੀ ਪਾਣੀ ਤੋਂ ਨਿੱਕੀ ਨਿੱਕੀ ਗੱਲ ਤੋਂ 9 ਸਹੁਰੇ ਦਾ ਝਗੜਾ ਰਹਿੰਦਾ ਸੀ ਆਪਸ ਵਿੱਚ। ਲੇਡੀਜ਼ ਟੀਚਰ ਹੈ ਜੀ, ਇਹ 에ਅਰਫੋਰਸ ਦੇ ਵਿੱਚੋਂ ਰਿਟਾਇਰਡ ਹੈ, ਹੁਣ ਇਹ ਵੈਦ ਪੁਣਾਏ ਦਾ ਕੰਮ ਕਰ ਰਿਹਾ। ਨਹੀਂ, ਹਾਲੀ ਕੋਈ ਗ੍ਰਿਫਤਾਰੀ ਨਹੀਂ ਹੋਈ, ਬਹੁਤ ਜਲਦੀ ਅਸੀਂ ਗ੍ਰਿਫਤਾਰੀ ਹੋਣ ਦੀ ਆਸ ਹੈ। ਹਥਿਆਰ ਉੱਥੋਂ ਮੌਕੇ 'ਤੇ ਉਹ ਸਿੱਟ ਕੇ ਚਲ ਗਿਆ ਸੀ, ਉਹ ਹਾਲੀ ਬਰਾਮਦ ਕਰਾਉਣਾ ਬਾਕੀ, ਹਾਲੀ ਤਫਤੀਸ਼ ਕਰ ਰਹੇ। ਤਫਤੀਸ਼ ਦੌਰਾਨ ਹੋਰ ਜਿਹੜੀ ਕੋਈ ਗੱਲ ਅੱਗੇ ਆਈ ਉਹ ਬਾਅਦ ਵਿੱਚ ਤੁਹਾਡੇ ਨਾਲ ਡਿਸਕਸ ਕਰਾਂ। ਪੁਲਿਸ ਦਾ ਕਹਿਣਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਤੇ ਜੋ ਵੀ ਨਤੀਜੇ ਆਉਣਗੇ ਉਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਫਰੀਦਕੋਟ ਤੋਂ ਸੂਰਜ ਪ੍ਰਕਾਸ਼ ਦੀ ਰਿਪੋਰਟ, ਦੈਨਿਕ ਸਵੇਰਾ TV। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ, ਇਹ ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ। ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।